हर एक गड्डी स्कोर पे तुम नाल मिलने के जी आप आके दे ठीक है जी दे आप आके दे दे मतलब गड्डी चमका के दे पूरी चमका पूरी रीज ला के कस्टमर दे 1 रुपया लग जाएगा कली चलाउनी है कस्टमर ने मतलब जेकर गाना सिद्धू मूसे वाले दियां भी ये फेवरेट गड्डियां सीगियां ओदे तो भी एक रेंज सीगी ते यमदूत दा छोटा फॉर्च्यूनर कह लो ते इन्हों ने काला छोटा जेड़ा खड़ा है स्कॉर्पियो के की जेड़ा मार्केट दी डिमांड है जूदा छोटा कहंदे जिंदा छोटा कहंदे हैना ਤੇ ਇਹ ਦੋ ਗੱਡੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਮਾਲਵਾ ਵੀਡੀਓ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਪੰਜਾਬੀ ਵੀਰਾਂ ਲਈ ਬਹੁਤ ਹੀ ਖਾਸ ਆਉਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਗੱਡੀਆਂ ਲੈ ਕੇ ਆਵਾਂਗੇ ਕੀ ਮਾਡਲ ਆ ਕਿੰਨੇ ਕਿਲੋਮੀਟਰ ਚੱਲੀ ਆ ਸਾਰੀ ਇਕੱਲੀ ਇਕੱਲੀ ਡਿਟੇਲ ਇਸ ਵੀਡੀਓ ਦੇ ਵਿੱਚ ਹੋਣ ਵਾਲੀ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਾਈ ਆਪਣੀ ਫਰਮ ਦਾ ਨਾਂ ਦੱਸ ਦਿਓ ਪ੍ਰਾਈਮ ਕਾਰ ਜੀ ਆਪਣੇ ਨਾਮ ਪ੍ਰਾਈਮ ਕਾਰ ਜੀ ਮੋਗਾ ਠੀਕ ਆ ਜੀ ਤੇ ਬਾਈ ਜੀ ਅੱਜ ਅਸੀਂ ਪਿੱਛੇ ਆਪਣੇ ਸਕੋਰਪੀਓ ਦਾ ਤੁਹਾਡੇ ਤੋਂ ਗਾੜਾ ਪੰਜਾਬ ਦੇ ਵਿੱਚ ਤੋਂ ਜ਼ਿਆਦਾ ਸਕੋਰਪੀਓ ਤੁਹਾਡੇ ਤੋਂ ਹੋਣਾ ਹਾਂਜੀ ਹਾਂਜੀ ਤੇ ਬਾਈ ਜੀ ਅੱਜ ਅਸੀਂ ਕਿਹੜੀਆਂ ਸਕੋਰਪੀਓ ਦੇ ਸਾਰੇ ਮਾਡਲ ਦਿਖਾਵਾਂਗੇ ਸਾਰੇ ਜੀ ਫਿਲਹਾਲ ਆਪਣੇ ਕੋਲ ਜੀ ਮਾਡਲ ਸਾਰੇ ਹੈ ਜੀ S10 ਠੀਕ ਹੈ ਜਿਹੜੇ ਟੈਸਟ ਮਾਡਲ ਹੈ ਮਤਲਬ ਨਵੀਂ ਸ਼ੇਪ ਦੇ ਮਾਡਲ ਨਵੀਂ ਸ਼ੇਪ ਦੀ ਨਵੀਂ ਸ਼ੇਪ ਤੇ ਸਭ ਤੋਂ ਪਹਿਲਾਂ ਬਾਈ ਜੀ ਗੱਲ ਕਰੀਏ ਤਾਂ ਜਿਹੜਾ ਪਹਿਲੀ ਸਕੋਰਪੀਓ ਖੜੀ ਹੈ ਇਹਦੇ ਬਾਰੇ ਜਾਣਕਾਰੀ ਦਿਓ 2017 ਮਾਡਲ ਹੈ ਜੀ ਇਹ ਠੀਕ ਹੈ ਜੀ ਫਰਸਟ ਓਨਰ ਠੀਕ ਹੈ ਜੀ ਚੱਲੀ ਹੈਗੀ ਹੈ ਜੀ ਇਹ 80,000 ਮਤਲਬ ਬਹੁਤ ਘੱਟ ਚੱਲੀਆਂ ਗੱਡੀਆਂ ਹੈਗੀਆਂ ਤੇ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਦੋਸਤੋ ਅੰਦਰੋਂ ਵੀ ਗੱਡੀ ਦੀ ਕੰਡੀਸ਼ਨ ਬਹੁਤ ਹੀ ਸਾਫ ਸੁਥਰੀ ਹੈ ਬਾਈ ਜੀ ਉਹਨੇ ਜਿੰਨੀਆਂ ਵੀ ਸਕੋਰਪੀਓ ਖੜੀਆਂ ਸਾਫ ਸੁਥਰੀ ਗੱਡੀਆਂ ਨਾਲ ਹੀ ਡੀਲ ਕਰਦੇ ਹਾਂਜੀ 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 ਤੇ ਬਾਈ ਜੀ ਇੱਕ ਜੇ ਇਹਦੇ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਮਿਲ ਜੂਗੀ ਆਪਾਂ ਨੂੰ ਇਹ ਆਪਾਂ ਨੂੰ ਮਿਲੂ ਜੀ 13 ਲੱਖ ਰੁਪਏ ਦੀ 13 ਲੱਖ ਰੁਪਏ ਦੀ 13 ਲੱਖ ਰੁਪਏ ਦੀ ਮਿਲ ਜੂਗੀ ਨਾ ਨਾਮ ਕਰਾ ਕੇ ਜੀ ਕਾਪੀ ਬਣਾ ਕੇ ਪੰਜਾਬ ਦੀ ਠੀਕ ਹੈ ਇਹਦੇ ਲੋਨ ਵਗੈਰਾ ਕਿੰਨੇ ਦਾ ਹੋ ਜੂਗਾ ਇਹ ਗੱਡੀ ਦਾ ਲੋਨ ਜੀ 10 ਲੱਖ ਦਾ ਲੋਨ ਹੋ ਜੂਗਾ ਜੀ 10 ਲੱਖ ਮਤਲਬ 3-4 ਲੱਖ ਰੁਪਏ ਲੈ ਕੇ ਆਏ ਤੇ ਗੱਡੀ ਲੈ ਜਾਓ ਹਾਂਜੀ ਇਸੇ ਤਰ੍ਹਾਂ ਬਾਈ ਜੀ ਅੱਗੇ ਵਧਦੇ ਆ ਇਹ ਜਿਹੜੀ ਹੈਗੀ ਸਕੋਰਪੀਓ ਇਹ ਮਾਡਲ ਦੱਸਿਓ 2015 ਮਾਡਲ ਹੈ ਜੀ ਫਰਸਟ ਓਨਰ ਠੀਕ ਹੈ ਜੀ ਇਹ ਚੱਲੀ ਹੋਈ ਆਪਣੀ ਹੈਗੀ ਜੀ 1,10,000 1,10,000 ਚੱਲੀ ਹੈ ਦੋਸਤੋ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਚਿੱਟੇ ਰੰਗ ਦੀਆਂ ਕੱਚ ਵਰਗੀਆਂ ਗੱਡੀਆਂ ਨਹੀਂ ਹੈ ਬਾਈ ਜੀ ਕੋਲ ਬਾਈ ਜੀ ਉਹਨੀ ਸਾਫ ਸੁਥਰੀ ਗੱਡੀਆਂ ਨਾਲ ਡੀਲ ਕਰਦੇ ਨੇ ਬਾਈ ਜੀ ਇਹਦੇ ਰੇਟ ਦੀ ਗੱਲ ਕਰੀਏ ਤਾਂ ਕਿੰਨੇ ਦੀ ਇਹ ਆਪਾਂ 11.5 ਲੱਖ ਰੁਪਏ ਮਿਲ ਜੂ ਜੀ 11.5 ਲੱਖ ਰੁਪਏ ਨਾਮ ਕਰਾ ਦੇ ਠੀਕ ਹੈ ਜੀ ਸਾਰਾ ਨਾਮ ਹੋਊਗਾ ਸਾਰਾ ਨਾਮ ਹਾਂ ਜੀ ਕਰਾ ਦੇ ਜੀ ਤੇ ਦੋਸਤੋ ਅੱਗੇ ਗੱਲ ਕਰਦੇ ਆ ਮੈਂ ਤੁਹਾਨੂੰ ਦਿਖਾਇਆ ਬਾਈ ਜੀ ਉਹਨਾਂ ਕੋਲ ਸਕੋਰਪੀਓ ਦਾ ਗਾੜਾ ਬਾਈ ਜੀ ਹੁਣ ਜਿਹੜੀ ਨੈਕਸਟ ਸਕੋਰਪੀਓ ਦਿਖਾ ਰਹੇ ਹਾਂ ਉਹਦੇ ਬਾਰੇ ਦੱਸਿਓ 2017 ਮਾਡਲ ਹੈ ਜੀ ਠੀਕ ਹੈ ਜੀ ਸੈਕਿੰਡ ਓਨਰ ਹੈ ਸੈਕਿੰਡ ਓਨਰ ਹਾਂ ਜੀ ਪੰਜਾਬ ਦਾ ਨੰਬਰ ਲੱਗਿਆ ਹੈ ਜੀ ਤੇ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਲੋਏਵੇਜ਼ ਮਿਲਣਗੇ ਵਿੱਚ ਲੋਏਵੇਲ ਹਰੇਕ ਗੱਡੀ ਦੇ ਸਕੋਰਪੀਓ ਤੁਹਾਨੂੰ ਨਾਲ ਮਿਲਣਗੇ ਜੀ ਆਪਾਂ ਆਪਾ ਕੇ ਠੀਕ ਹੈ ਜੀ ਆਪ ਪਵਾ ਕੇ ਦੇ ਦੇ ਮਤਲਬ ਗੱਡੀ ਚਮਕਾ ਕੇ ਦੇ ਦੀ ਪੂਰੀ ਰੀਜ ਲਾ ਕੇ ਕਸਟਮਰ ਦਾ 1 ਰੁਪਿਆ ਲੱਗ ਜਾਗਾ ਕਲੀ ਚਲਾਉਣੀ ਹੈ ਕਸਟਮਰ ਨੇ ਮਤਲਬ ਜੇਕਰ ਗੱਡੀ ਲੈ ਕੇ ਜਾਊਗਾ ਉੱਤੇ ਪੈਸੇ ਲਾਉਣ ਦੀ ਲੋੜ ਨਹੀਂ ਹੈ 1 ਰੁਪਿਆ ਦੀ ਲੋੜ ਨਹੀਂ ਜੀ 1 ਰੁਪਿਆ ਦੀ ਤੇ ਇਸੇ ਤਰ੍ਹਾਂ ਬਾਈ ਜੀ ਉਹਦਾ ਰੇਟ ਜਿਹੜਾ ਦੱਸਿਓ ਓਵਲੀ ਗੱਡੀ ਉਹ ਆਪਣੇ ਮਿਲੂ 13 ਲੱਖ ਰੁਪਏ ਦੀ ਜੀ 13 ਲੱਖ ਰੁਪਏ ਦੀ ਮਿਲ ਜੂਗੀ ਹਾਂਜੀ 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 ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਵੀ ਜਿਹੜੀ ਸਕੋਰਪੀਓ ਦਾ ਨਵਾਂ ਮਾਡਲ ਹੀ ਹੈ ਭਾਜੀ ਨਵਾਂ ਮਾਡਲ S10 ਜੀ S10 ਹੈਗਾ ਤੇ ਇਹ ਕਿੰਨਾ ਮਾਡਲ ਹੈਗਾ ਬਾਈ ਜੀ 2015 ਮਾਡਲ ਹੈ ਜੀ ਇਹ ਤੋਹਫਾ ਹੈ ਜੀ 15,000 ਚੱਲੀ ਹੋਈ ਹੈ ਠੀਕ ਹੈ ਤੋਹਫਾ ਹੈ ਮਤਲਬ ਕਸਟਮਰ ਦੇ ਲਈ ਤੋਹਫਾ ਠੀਕ ਆ ਤੇ ਬਾਈ ਜੀ ਇਹਦਾ ਰੇਟ ਤੁਸੀਂ ਕਿੰਨਾ ਦੱਸਿਆ ਸੀ 12 ਲੱਖ ਰੁਪਿਆ ਜੀ 12 ਲੱਖ ਨਾਮ ਕਰਾ ਕੇ ਜੀ ਤੇ ਬਾਈ ਜੀ ਜੇਕਰ ਇਹਦੇ ਤੇ ਲੋਨ ਕਰਾਉਣਾ ਹੋਵੇ ਤਾਂ ਕਿੰਨੇ ਦਾ ਹੋ ਜੂ ਇਹ ਤਾਂ ਲੋਨ ਹੋ ਜੂਗਾ ਜੀ 8 ਲੱਖ ਰੁਪਏ ਦਾ ਠੀਕ ਆ 8 ਲੱਖ ਰੁਪਏ ਦਾ ਤੇ ਦੋਸਤੋ ਇਹ ਤਾਂ ਸੀਗੀਆਂ ਨਵੇਂ ਸ਼ੇਪ ਦੀਆਂ ਸਕੋਰਪੀਓ ਹੁਣ ਅਸੀਂ ਗੱਲ ਕਰਦੇ ਹਾਂ ਪੁਰਾਣੀ ਸ਼ੇਪ ਦੀ ਇਹਨਾਂ ਤੋਂ ਬਾਈ ਜੀ ਉਹਨਾਂ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹਰੇਕ ਤਰ੍ਹਾਂ ਦੀ ਸਕੋਰਪੀਓ ਮਿਲ ਜੇਗੀ ਤੇ ਹੁਣ ਬਾਈ ਜੀ ਉਹਨਾਂ ਕੋਲ ਜਾਣਦੇ ਆ ਪੁਰਾਣੇ ਮਾਡਲ ਸ਼ੇਪ ਦੇ ਬਾਰੇ 2013 ਮਾਡਲ ਹੈ ਜੀ ਠੀਕ ਆ ਜੀ ਫਰਸਟ ਓਨਰ ਪਹਿਲੇ ਨਾਮ ਤੇ ਗੱਡੀ ਹੈ 80,000 ਰੁਪਏ ਹਾਂ ਜੀ ਪਹਿਲੇ ਨਾਮ ਦੀ ਹੈ ਜੀ ਠੀਕ ਆ ਜੀ ਤੇ ਤੁਹਾਨੂੰ ਨਾਮ ਨੂੰ ਕਰਾ ਕੇ ਤੁਹਾਨੂੰ ਪਊ 6.5 ਲੱਖ ਦੇ 6.5 ਲੱਖ ਦੇ ਤੇ ਬਾਈ ਜੀ ਆਪਾਂ ਜਿੰਨੀਆਂ ਵੀ ਗੱਡੀਆਂ ਨਾਲ ਡੀਲ ਕਰਾਉਂਦੇ ਨੋਨ ਐਕਸੀਡੈਂਟਲ ਗੱਡੀਆਂ ਹੁੰਦੀਆਂ ਨੇ ਹਾਂ ਜੀ ਨੋਨ ਐਕਸੀਡੈਂਟਲ ਤੇ ਮੀਟਰ ਦੀ ਗਾਰੰਟੀ ਹੁੰਦੀ ਹੈ ਫੁੱਲ ਗਾਰੰਟੀ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਇਸੇ ਤਰ੍ਹਾਂ ਦੋਸਤੋ ਅੱਗੇ ਜੇ ਬਾਈ ਜੀ ਆਪਾਂ ਸਕੋਰਪੀਓ ਦੀ ਗੱਲ ਕਰੀਏ ਤਾਂ ਇਹ ਕਿੰਨਾ ਮਾਡਲ ਹੈ ਇਹ 2013 ਮਾਡਲ ਹੈ ਜੀ ਫਰਸਟ ਓਨਰ ਹੈ ਜੀ ਇਹ ਚੱਲੀ ਹੋਈ ਹੈ ਜੀ 90,000 ਚੱਲੀ ਹੋਈ ਹੈ 90,000 ਦੀ ਹਾਂ ਜੀ ਤੇ ਇਹ ਆਪਾਂ ਜੀ ਬਾਈ ਜੀ ਕਿੰਨੇ ਦੀ ਦੇ ਦੇਵਾਂਗੇ ਤੇ ਆਪਾਂ ਦੇਣਾ 6.5 ਲੱਖ ਰੁਪਏ ਦੀ 6.5 ਲੱਖ ਦੀ ਦੇ ਦਾਂਗੇ ਬਾਕੀ ਜਿਹੜਾ ਮੌਕਿਆਂ ਦੇ ਮਾਨਤਾਨ ਹੋ ਜਾਊਗਾ ਅਸੀਂ ਉਧਰ ਤਾਂ ਸਕੋਰਪੀਓ ਦਿਖਾਤੀਆਂ ਸੀ ਚਿੱਟੇ ਰੰਗ ਦੀਆਂ ਤੇ ਹੁਣ ਇਹ ਕਾਲਾ ਝੋਟਾ ਜਿਹੜਾ ਖੜਾ ਹੈ ਸਕੋਰਪੀਓ ਕਿਉਂਕਿ ਜਿਹੜਾ ਮਾਰਕੀਟ ਦੀ ਡਿਮਾਂਡ ਹੈਗੀ ਹੈ ਨਾ ਚਲਦੀ ਫਿਰਦੀ ਗੱਡੀ ਹੈ ਜਦੋਂ ਮਰਜ਼ੀ ਦੀ ਤੇ ਬਾਈ ਜੀ ਇਹਦੇ ਬਾਰੇ ਦੱਸੋ ਇਹ ਗੱਡੀ ਬਾਰੇ 2016 ਮਾਡਲ ਹੈ ਜੀ S10 ਠੀਕ ਹੈ ਜੀ ਹਾਂਜੀ 7 ਲੱਖ ਚੱਲੀ ਹੋਈ ਹੈ ਜੀ 7 ਲੱਖ ਚੱਲੀ ਹੋਈ ਹੈ ਇਹ ਨੰਬਰ ਲਵਾ ਕੇ ਤੁਹਾਨੂੰ ਜੀ ਪੰਜਾਬ ਦਾ ਨੰਬਰ ਲਵਾ ਕੇ ਨਾਮ ਕਰਾ ਕੇ ਤੁਹਾਨੂੰ 13.5 ਲੱਖ ਠੀਕ ਹੈ ਤੇ ਟਾਇਰਾਂ ਦੀ ਦੋਸਤੋ ਕੰਡੀਸ਼ਨ ਚੈੱਕ ਕਰ ਸਕਦੇ ਹੋ ਅੰਦਰੋਂ ਵੀ ਅਸੀਂ ਜਿਹੜੀ ਇਹ ਗੱਡੀ ਇੱਕ ਵਾਰੀ ਖੋਲ ਕੇ ਦਿਖਾ ਦਿੰਦੇ ਆ ਤੁਸੀਂ ਅੰਦਰੋਂ ਗੱਡੀ ਦੇਖਿਓ ਇਹ ਬਾਈ ਜੀ ਉਹਨਾਂ ਨੇ ਗੱਡੀ ਜਿਹੜੀ ਸਾਰੀਆਂ ਗੱਡੀਆਂ ਜਿਹੜੀਆਂ ਹੈਗੀਆਂ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਖੜੀਆਂ ਨੇ ਬਹੁਤ ਹੀ ਘੱਟ ਚੱਲੀਆਂ ਹੋਈਆਂ ਤੇ ਦੋਸਤੋ ਦੇਖ ਸਕਦੇ ਹੋ ਅੰਦਰ ਦੀ ਕੰਡੀਸ਼ਨ ਸੀਟਾਂ ਤੋਂ ਲੈ ਕੇ ਹਰ ਚੀਜ਼ ਦੀ ਸਾਫ ਸੁਥਰੀ ਮਿਲ ਜੂ ਤੇ ਬਾਈ ਜੀ ਇਹਦਾ ਰੇਟ ਤੁਸੀਂ ਕਿੰਨਾ ਦੱਸਿਆ ਸੀਗਾ 13.5 ਲੱਖ ਰੁਪਏ 13.5 ਲੱਖ ਨਾਮ ਕਰਾ ਕੇ ਨਾਮ ਕਰਾ ਕੇ
फॉर्च्यूनर डिमांड काफी ज्यादा रहती है डैशबोर्ड तो लेके सीटा तक ओरिजिनल मिलनगियां सारा कुछ वधिया हैगी है गड्डी। इसे तरह हुण आपां गल करदे आ ਚੱਲੀ ਹੈਗੀ ਜੇਕਰ ਡਿਮਾਂਡ ਦੀ ਗੱਲ ਕਰੀਏ ਤਾਂ ਕਿੰਨੇ ਦੀ ਮਿਲ ਜੂਗੀ? 24 ਲੱਖ ਰੁਪਏ ਦੀ ਮਿਲ ਜੂਗੀ ਸਾਡੇ 24 ਲੱਖ ਤੇ ਬਾਈ ਜੀ ਲਗਜ਼ਰੀ ਗੱਡੀਆਂ ਦੇ ਵੀ ਸੇਮ ਜਿਹੜੇ ਆ ਲੋਨ ਵਗੈਰਾ ਹੋ ਜਾਂਦੇ ਆ ਹਾਂਜੀ ਹਾਂਜੀ ਇਹਦੇ ਲਈ ਵੀ ਇਹਦੇ ਕਿੰਨੇ ਹੋ ਜਾਂਦੀ ਲਗਜ਼ਰੀ ਗੱਡੀਆਂ ਦੀ ਬਿਲਕੁਲ ਲੱਖ ਰੁਪਏ ਦਾ ਲੋਨ ਹੋ ਜੂਗਾ
ਤੇ ਹੁਣ ਅੰਦਰੋਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਅੰਦਰੋਂ ਵੀ ਕੰਡੀਸ਼ਨ ਦੇਖ ਸਕਦੇ ਹੋ ਓਡੀ ਦੀ ਸਾਫ ਸੁਥਰੀਆਂ ਗੱਡੀਆਂ ਮਿਲ ਜਾਣਗੀਆਂ ਬਾਈ ਜੀ ਉਹਨਾਂ ਕੋਲ ਇਹ ਆਪਾਂ ਤੁਹਾਨੂੰ ਨਾਮ ਨੂੰ ਕਰਾ ਕੇ ਦੇਣਾ 11.5 ਲੱਖ ਰੁਪਏ 11.5 ਲੱਖ ਰੁਪਏ ਦੀ ਓਡੀ ਲੈ ਜਾਓ ਚਾਰ ਛੱਲਿਆਂ ਵਾਲੀ ਠੀਕ ਆ ਜੀ ਤੇ ਦੂਰ ਉਹਨੇ ਜਿਹੜੀਆਂ ਦੋ ਗੱਡੀਆਂ ਖੜੀਆਂ ਨੇ ਆਪਣਾ ਸਿੱਧੂ ਮੂਸੇ ਵਾਲੇ ਦੀਆਂ ਵੀ ਇਹ ਫੇਵਰੇਟ ਗੱਡੀਆਂ ਸੀਗੀਆਂ ਉਹਦੇ ਤੋਂ ਵੀ ਇੱਕ ਰੇਂਜ ਸੀਗੀ ਤੇ ਯਮਦੂਤ ਦਾ ਝੋਟਾ ਫੋਰਚੂਨਰ ਕਹਿ ਲਓ ਤੇ ਦੋਵੇਂ ਅਵੇਲੇਬਲ ਹੈਗੀਆਂ ਨੇ ਤੇ ਬਾਈ ਜੀ ਹੁਣ ਗੱਲ ਕਰੀਏ ਪਹਿਲਾਂ ਫੋਰਚੂਨਰ ਦੀ ਤੇ ਇਸ ਫੋਰਚੂਨਰ ਬਾਰੇ ਜਿਹੜੀ ਜਾਣਕਾਰੀ 2017 ਮਾਡਲ ਹੈ ਜੀ ਫਸਟ ਓਨਰ ਮੈਨੂਅਲ 4x4 ਠੀਕ ਹੈ ਜੀ ਜਿਹੜਾ ਜੀ ਆਪਾਂ 28 ਲੱਖ ਰੁਪਏ ਦੀ ਨਾਮ ਨੂੰ ਕਰਾ ਕੇ